ਹੇ ਗਾਇਸ ਹਾਊ ਆਰ ਯੂ, ਮਾਈ ਨੇਮ ਇਜ਼ ਗਗਨ ਐਂਡ ਵੈਲਕਮ ਇਨ ਦਾ ਪੰਜਾਬੀ ਟਿਊਟਰ। ਸੋ ਗਾਇਸ, ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਟੌਪਿਕਸ ਦੱਸਣ ਜਾ ਰਿਹਾ ਹਾਂ ਜਿਹਦੇ ਵਿੱਚੋਂ ਇਗਜ਼ਾਮੀਨਰ ਟਾਸਕ 2 ਪਾ ਸਕਦਾ। ਫੋਰ ਇਗਜ਼ਾਮਪਲ, ਜੇ ਮੈਂ ਤੁਹਾਨੂੰ ਕਹਾਂ ਕਿ ਟਾਸਕ 2 ਕੀ ਕਿਤੋਂ ਵੀ ਆ ਸਕਦਾ, ਸੋ ਬਹੁਤ ਜ਼ਿਆਦਾ ਟੌਪਿਕਸ ਹੁੰਦੇ ਆ। ਬਟ ਗਾਇਸ, ਆਇਸ ਦੇ ਵਿੱਚ ਕੁਝ ਕੁ ਟੌਪਿਕ ਲਾਈਕ ਕਰਦੇ ਆ ਜਿਨ੍ਹਾਂ ਦੇ ਵਿੱਚੋਂ ਹਰ ਵਾਰੀ ਟਾਸਕ 2 ਚੱਕਦੇ ਆ, ਅਤੇ ਮੇਰੇ ਹਿਸਾਬ ਨਾਲ ਸਰ 15 ਜਾਂ 16 ਟੌਪਿਕ ਆ, ਓਕੇ 15 ਜਾਂ 16 ਟੌਪਿਕ ਆ ਜਿਨ੍ਹਾਂ ਦੇ ਵਿੱਚੋਂ ਟਾਸਕ 2 ਪਾਉਂਦੇ ਆ। ਅਤੇ ਮੈਨੂੰ ਗਾਈਸ ਇਹ ਲੱਗਦਾ ਕਿ ਤੁਹਾਨੂੰ ਟੌਪਿਕਸ ਦੇ ਬਾਰੇ ਪਤਾ ਹੋਣਾ ਚਾਹੀਦਾ, ਕਿਉਂਕਿ ਇਹਦੇ ਪਿੱਛੇ 2 ਰੀਜ਼ਨ ਆ। ਜੇ ਮੈਂ ਤੁਹਾਨੂੰ ਦੱਸਦਾ ਕਿ ਉਹ ਟੌਪਿਕਸ ਕਿਹੜੇ ਕਿਹੜੇ ਆ, ਤਾਂ ਪਹਿਲੀ ਗੱਲ ਤਾਂ ਤੁਸੀਂ ਉਹ ਟੌਪਿਕਸ ਦੇ ਨਾਲ ਫੈਮਿਲੀਅਰ ਹੋਣੇ ਚਾਹੀਦੇ ਹੋ, ਓਕੇ। ਤੁਹਾਡੇ ਕੋਲ ਪੁਆਇੰਟਸ ਹੋਣੇ ਚਾਹੀਦੇ ਆ ਫਿਰ ਉਹ ਟੌਪਿਕਸ ਦੇ। ਮੰਨ ਕੇ ਚੱਲੋ ਮੈਂ ਤੁਹਾਨੂੰ ਕਿਹਾ ਕਿ ਕ੍ਰਾਈਮ ਇੱਕ ਇੱਦਾਂ ਦਾ ਟੌਪਿਕ ਹੈ ਜਿਹਦੇ ਰਿਲੇਟਡ ਤੁਹਾਨੂੰ ਐਸੇ ਫਾਈਨਲ ਦੇ ਵਿੱਚ ਆ ਸਕਦਾ। ਸੋ ਗਾਈਸ, ਇਹ ਮੇਰੇ ਦੱਸਣ ਦਾ ਤੁਹਾਨੂੰ ਫਾਇਦਾ ਕੀ ਹੋਇਆ? ਪਹਿਲੇ ਨੰਬਰ 'ਤੇ ਫਾਇਦਾ ਇਹ ਹੋਇਆ ਕਿ ਹੁਣ ਤੁਹਾਨੂੰ ਇਹਦੇ ਬਾਰੇ ਥੋੜ੍ਹੀ ਨੌਲੇਜ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕ੍ਰਾਈਮ ਕਿੱਦਾਂ ਹੋ ਰਿਹਾ ਵਾ, ਦੈਟ ਵਟ ਆਰ ਦਾ ਰੀਜ਼ਨਸ ਆਫ ਕ੍ਰਾਈਮ ਐਂਡ ਵਟ ਆਰ ਦਾ ਸਲਿਊਸ਼ਨਸ। ਤੁਹਾਨੂੰ ਰੀਜ਼ਨ ਅਤੇ ਸਲਿਊਸ਼ਨ, ਇਹ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਕ੍ਰਾਈਮ ਨੂੰ ਕਿੱਦਾਂ ਰੋਕਿਆ ਜਾ ਸਕਦਾ, ਤੁਹਾਡੇ ਕੋਲ 3 ਤੋਂ 4 ਪੁਆਇੰਟਸ ਹੋਣੇ ਚਾਹੀਦੇ ਆ। ਸੋ ਪਹਿਲਾ ਜੋ ਗਾਈਸ ਬੈਨੀਫਿਟ ਆ ਉਹ ਇਹ ਆ ਕਿ ਮੇਰੇ ਟੌਪਿਕ ਦੱਸਣ ਨਾਲ ਤੁਹਾਨੂੰ ਪੁਆਇੰਟਸ ਮਾਇੰਡ ਦੇ ਵਿੱਚ ਆਇਆ ਕਰਨਗੇ, ਓਕੇ। ਤੁਸੀਂ ਕਾਪੀ ਨੂੰ ਰਾਈਟ ਡਾਊਨ ਕਰ ਸਕਦੇ ਹੋ ਇਹ ਟੌਪਿਕਸ ਨੂੰ, ਮੈਂ ਸਾਰੇ ਬੋਲ ਕੇ ਤੁਹਾਨੂੰ ਦੱਸੂੰਗਾ। ਅਤੇ ਗਾਈਸ, ਜੋ ਸੈਕਿੰਡ ਬੈਨੀਫਿਟ ਆ ਸਭ ਤੋਂ ਜ਼ਰੂਰੀ ਉਹ ਇਹ ਆ ਕਿ ਤੁਹਾਡੇ ਕੋਲ ਵਰਡਸ ਹੋਣੇ ਚਾਹੀਦੇ। ਫਿਰ ਯੂ ਮਸਟ ਹੈਵ ਵੋਕੈਬਲਰੀ। ਜੇ ਮੈਂ ਤੁਹਾਨੂੰ ਦੱਸਾਂ ਕਿ ਕ੍ਰਾਈਮ ਦੇ ਰਿਲੇਟਡ ਕੋਈ ਐਸੇ ਆ ਸਕਦਾ, ਸੋ ਕ੍ਰਾਈਮ ਟੌਪਿਕ ਦੇ ਵਿੱਚ ਜੋ ਵੋਕੈਬਲਰੀ ਲਾਈ ਕਰਦੀ ਹੈ ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਫੋਰ ਇਗਜ਼ਾਮਪਲ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਟ ਇਜ਼ ਡੈਥ ਪੈਨੈਲਿਟੀ, ਰੀ ਓਫੈਂਡ ਕੀ ਹੁੰਦਾ ਵਾ, ਇੱਦਾਂ ਦੀਆਂ ਟਰਮਸ ਹੋਰ ਵੀ ਮੈਂ ਤੁਹਾਨੂੰ ਦੱਸੂੰਗਾ। ਆਪਾਂ ਮੇਰੀਆਂ ਜੋ ਨੈਕਸਟ ਵੀਡੀਓਜ਼ ਆ ਉਹਨਾਂ ਵਿੱਚ ਗੱਲ ਕਰਾਂਗੇ ਵੋਕੈਬ ਦੀ। ਸੋ ਗਾਈਜ਼, ਇੱਥੇ ਮੇਰਾ ਜੋ ਮੇਨ ਮੋਟਿਵ ਆ ਕਿ ਟੌਪਿਕਸ ਦਾ, ਇੱਕ ਤਾਂ ਤੁਹਾਨੂੰ ਪਤਾ ਹੋ ਕਿ ਉਹਨਾਂ ਦੇ ਪੁਆਇੰਟਸ ਕੀ ਆ, ਕਿਹੜੇ ਕਿਹੜੇ ਪੁਆਇੰਟਸ ਹੋ ਸਕਦੇ ਉਹਨਾਂ ਦੇ, ਤਾਂ ਕਿ ਤੁਹਾਨੂੰ ਆਈਡੀਆ ਦੇ ਰਿਲੇਟਡ ਕੋਈ ਪ੍ਰੋਬਲਮ ਨਾ ਆਵੇ, ਅਤੇ ਸੈਕਿੰਡ ਨੰਬਰ 'ਤੇ ਗਾਈਸ ਤੁਹਾਡੇ ਕੋਲ ਵੋਕੈਬ ਹੋਊਗੀ ਉਹਨਾਂ ਸਾਰਿਆਂ ਦੀ। ਸੋ ਗਾਈਜ਼, ਟੌਪਿਕ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੁੱਡ ਨਿਊਜ਼ ਦੱਸਦਾ ਕਿ ਸੰਡੇ ਮੈਂ ਇੱਕ ਰਾਈਟਿੰਗ ਦੀ ਕਲਾਸ ਕੰਡਕਟ ਕਰਨ ਜਾ ਰਿਹਾ ਜੂ ਮੈਪ 'ਤੇ, ਟਾਸਕ 2 ਦੀ ਕਲਾਸ। ਗਾਈਸ, ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਕਿੱਦਾਂ ਤੁਸੀਂ 5.5 ਤੋਂ ਅਬਵ ਬੈਂਡ ਲੈ ਸਕਦੇ ਹੋ, 6 ਤੋਂ 7 ਕਿੱਦਾਂ ਕਰ ਸਕਦੇ ਹੋ, ਈਵਨ ਕਿ 7 ਤੋਂ 8 ਬੈਂਡ ਕਿੱਦਾਂ ਪੋਸੀਬਲ ਆ, ਓਕੇ। ਸੋ ਗਾਈਜ਼, ਆਈ ਹੋਪ ਕਿ ਤੁਸੀਂ ਇੰਜੋਏ ਕਰੋਗੇ ਮੇਰੀ ਜੂਮ ਐਪ 'ਤੇ ਜੋ ਕਲਾਸ ਸੰਡੇ ਮੈਂ ਕੰਡਕਟ ਕਰੂੰਗਾ। ਐਂਡ ਤੁਸੀਂ ਇਹ ਕਲਾਸ ਕਿੱਦਾਂ ਲਾਓਗੇ ਜਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ, ਗਾਈਸ ਇਹ ਮੇਰਾ ਵਟਸਐਪ ਨੰਬਰ ਆ, ਤੁਸੀਂ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਤਾਂ ਕਿ ਮੈਂ ਜੋ ਸਕੈਜੂਅਲ ਆ ਉਹਨੂੰ ਸੈੱਟ ਕਰਕੇ ਫਿਰ ਤੁਹਾਨੂੰ ਦੱਸ ਦੂੰਗਾ ਸੈਚਰਡੇ, ਓਕੇ। ਸੋ ਗਾਈਸ, ਹੁਣ ਤੁਹਾਡੇ ਸਾਹਮਣੇ ਇੱਦਾਂ ਦੇ ਟੌਪਿਕਸ ਆਉਣਗੇ ਜਿਨ੍ਹਾਂ ਦੇ ਵਿੱਚੋਂ ਟਾਸਕ 2 ਆ ਸਕਦਾ। ਐਂਡ ਗਾਈਜ਼, ਪਲੀਜ਼ ਜਾਂ ਇਹਦਾ ਸਕਰੀਨਸ਼ੋਟ ਲੈ ਲਿਓ ਐਂਡ ਜਾਂ ਤੁਸੀਂ ਇਹਨੂੰ ਰਾਈਟ ਡਾਊਨ ਕਰ ਸਕਦੇ। ਸੋ ਗਾਈਜ਼, ਹੋਪ ਕਿ ਤੁਹਾਨੂੰ ਪਤਾ ਲੱਗੇ ਕਿਹੜੇ ਕਿਹੜੇ ਟੌਪਿਕਸ ਦੇ ਵਿੱਚੋਂ ਟਾਸਕ 2 ਪਾਇਆ ਜਾ ਸਕਦਾ। ਸੋ ਗਾਈਜ਼, ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਗਾਈਜ਼ ਇਹਨੂੰ ਲਾਈਕ ਕਰਿਓ, ਇਹਨੂੰ ਸ਼ੇਅਰ ਕਰਿਓ। ਐਂਡ ਗਾਈਜ਼, ਪਲੀਜ਼ ਸਪੋਰਟ ਮੀ ਐਂਡ ਮਿਲਦੇ ਮੇਰੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ।